Guru, grew why grew why grew why grew why grew why guru 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 why grew why grew why why ਗੁਰੂ ਵਾਹਿ 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 ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਗਿਆਨ ਧਿਆਨ ਕਿਛ ਕਰਮ ਨ ਜਾਣ ਸਾਰ ਨ ਜਾਣ ਤੇਰੀ ਸਭ ਤੇ ਵੱਡਾ ਸਤਗੁਰੂ ਨਾਨਕ ਜੇਨ ਕਲ ਰਾਖੀ ਮੇਰੀ ਗਿਆਨ ਧਿਆਨ ਕਿਸ ਕਰਮ ਨਾ ਜਾਣਾ ਨਾਹਨ ਨਿਰਮਲ ਕਰਨੀ ਸਾਧ ਸੰਗਤ ਕਾ ਅੰਚਲ ਲਾਭੋ ਵਿਖਮ ਨਦੀ ਜਾਏ ਤੜਨੀ ਸੇ ਸੰਯੋਗ ਕਰੋ ਮੇਰੇ ਪਿਆਰੀ ਜਿਤ ਰਸਨਾ ਹਰ ਨਾਮ ਉਚਾਰੇ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੋਰਠ ਮਹਲਾ ਪੰਜਵਾਂ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਸੈ ਸਾ ਸਗਲ ਮਿਕਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾ ਪ੍ਰਭ ਕੀ ਅਕਥ ਕਹਾਣੀ ਜਾ ਨ ਬੋਲੇ ਅੰਮ੍ਰਿਤ ਬਾਣੀ ਨਾਨਕ ਦਾਸ ਵਿਖਾਣੀ ਗੁਰਪੁਰੇ ਤੇ ਜਾਣੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗਰੀਬ ਨਵਾਜ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਵਿੱਚ ਸੱਜੀ ਹੋਈ ਵਰਕ ਬਾਗੀ ਸਾ ਸੰਗਤ ਸਤਿਗੁਰੂ ਜੀ ਨੇ ਰੰਮਤ ਕੀਤੀ ਹੈ। ਇਹ ਸੁਭਾਗ ਕੜੀ ਸਤਸੰਗ ਦੀ ਸਾਨੂੰ ਪ੍ਰਾਪਤ ਹੋਈ ਹੈ। ਸੋਰਖ ਰਾਗ ਦੇ ਵਿੱਚ ਪੰਚਮ ਪਾਦਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਸ਼ਬਦ ਅਸੀਂ ਸਰਵਣ ਕੀਤਾ ਹੈ। ਇਹ ਸ਼ਬਦ ਅੱਜ ਸਤਿਗੁਰੂ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ ਹੈ। ਰੰਮਤ ਕਰ ਰਹੇ ਹਨ ਸਤਿਗੁਰੂ ਜੀ ਸੋਰਖ ਮਹੱਲਾ ਪੰਜਵਾ ਜਿਤ ਪਾਰ ਬ੍ਰਹਮ ਚਿਤ ਆਇਆ ਸੋ ਕਰ ਦਈਏ ਵਸਾਇਆ ਕਰ ਕਿਹੜਾ ਹੈ ਇੱਕ ਤਾਂ ਬਾਹਰੀ ਸੰਸਾਰੀ ਕਰ ਹੈ ਦੂਸਰਾ ਸਾਗਾ ਇਹ ਹਿਰਦਾਰੂਪੀ ਕਰ ਹੈ ਚੇਤੇ ਕਿੱਥੇ ਆਉਣਾ ਹੈ ਸਾਗ ਹਿਰਦੇ ਵਿੱਚ ਜਿਸ ਹਿਰਦੇ ਵਿੱਚ ਵਾਹਿਗੁਰੂ ਦੀ ਯਾਦ ਬਣੀ ਰਹਿੰਦੀ ਹੈ ਜਿਹੜਾ ਸਰੀਰ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਲੱਗਾ ਰਹਿੰਦਾ ਹੈ ਉਹ ਘਰ ਹਿਰਦਾ ਰੂਪੀ ਘਰ ਵਸ ਜਾਂਦਾ ਹੈ ਵਸ ਜਾਣ ਦਾ ਉਜੜ ਜਾਣ ਦਾ ਕੀ ਇੱਥੇ ਭਾਵ ਕੀ ਹੈ ਜਦੋਂ ਕਿਸੇ ਇਨਸਾਨ ਦੇ ਅੰਦਰੋਂ ਦੇਖਣ ਨੂੰ ਚੰਗਾ ਪਲਾ ਲੱਗਦਾ ਹੋਵੇ ਅੱਖਾਂ ਵੀ ਠੀਕ ਹੋਣ ਕੰਨ ਵੀ ਠੀਕ ਹੋਣ ਇਸੇ ਤਰ੍ਹਾਂ ਹੀ ਜਵਾਨ ਵੀ ਠੀਕ ਹੋਵੇ ਸਭ ਕੁਝ ਠੀਕ ਹੋਵੇ ਲੇਕਿਨ ਉਸ ਦੇ ਅੰਦਰ ਔਗਣ ਹੋਣ ਔਗਣਾਂ ਦਾ ਪਰਿਆ ਹੋਇਆ ਹੋਵੇ ਸ਼ੁਭ ਗੁਣ ਇੱਕ ਵੀ ਨਾ ਹੋਵੇ ਅਜਿਹੇ ਇਨਸਾਨ ਨੂੰ ਉਜੜਿਆ ਹੋਇਆ ਘਰ ਕਹਿੰਦੇ ਹਨ ਘਰ ਤਾਂ ਹੈ ਲੇਕਿਨ ਉੱਥੇ ਰਹਿੰਦਾ ਕੋਈ ਨਹੀਂ ਹੈ ਜਿਵੇਂ ਘਰ ਬਣਾ ਲਵੇ ਬਹੁਤ ਵੱਡਾ ਉਹਦੇ 'ਚ ਰਹੇ ਕੋਈ ਨਾ ਉਹ ujahad ਹੀ ਘਰ ਹੋਵੇਗਾ ਉਹ ਤੇ ਫਿਰ ਜਾਨਵਰ ਆਪਣੇ ਆਲ ਨੇ ਬਣਾ ਲੈਂਦੇ ਹਨ ਇਸੇ ਤਰ੍ਹਾਂ ਹੀ ਜਿਸ ਹਿਰਦੇ ਰੂਪੀ ਘਰ ਵਿੱਚ ਵਾਹਿਗੁਰੂ ਪਰਮੇਸ਼ਰ ਦੀ ਯਾਦ ਨਹੀਂ ਹੈ ਮਾਰੀ ਕਹਿੰਦੇ ਸਮਝੋ ਉਜੜਿਆ ਹੋਇਆ ਹੈ ਉੱਥੇ ਕੋਈ ਤੁਸੀਂ ਚੰਗਾ ਗੁਣ ਨਹੀਂ ਲੱਭ ਸਕਦੇ ਉੱਥੇ ਉਹ ਜਾਨਵਰ ਹਨ ਜਿਹੜੇ ਇੱਕ ਦੂਜੇ ਨੂੰ ਮਾਰਨ ਵਾਲੇ ਹਨ ਜੰਗਲ ਵਿੱਚ ਜਿਵੇਂ ਭਿਆਨਕ ਜਾਨਵਰ ਹੁੰਦੇ ਹਨ ਉਹ ਜਾਨਵਰਾਂ ਨੂੰ ਹੀ ਮਾਰ ਮਾਰ ਕੇ ਖਾਈ ਜਾਂਦੇ ਹਨ ਇਸੇ ਤਰ੍ਹਾਂ ਹੀ ਅਜਿਹੇ ਇਨਸਾਨ ਦੇ ਅੰਦਰ ਅਜਿਹੇ ਜਾਨਵਰ ਵਿਕਾਰਾਂ ਰੂਪੀ ਜਾਨਵਰ ਅੰਦਰ ਵੱਸ ਜਾਂਦੇ ਹਨ ਔਰ ਜਦੋਂ ਵੀ ਕੋਈ ਗੁਣ اندر ਆਉਣ ਲੱਗਦਾ ਹੈ ਉਸ ਗੁਣ ਨੂੰ ਵੀ ਉਸ ਖਤਮ ਕਰ ਦਿੰਦੇ ਹਨ ਇਸ ਕਰਕੇ ਉਪਦੇਸ਼ ਕੀ ਹੈ ਕਿ ਜੇ ਵਾਹਿਗੁਰੂ ਪਰਮੇਸ਼ਰ ਦੀ ਯਾਦ ਵਿੱਚ ਰਹੋਗੇ ਉਹਨੂੰ ਯਾਦ ਕਰਦੇ ਰਹੋਗੇ ਤਾਂ ਇਹ ਤੁਹਾਡਾ ਜੋ ਘਰ ਤੁਹਾਨੂੰ ਮਿਲਿਆ ਹੋਇਆ ਹੈ ਸਰੀਰ ਹੈ ਸਰੀਰ ਦੇ ਅੰਦਰ ਜੋ ਟਿਕਾਣਾ ਹੈ ਸਾਡੇ ਅੰਦਰ ਜਿੱਥੇ ਸਾਡੇ ਤਰ੍ਹਾਂ ਤਰ੍ਹਾਂ ਦੇ ਵਿਚਾਰ ਪੈਦਾ ਹੁੰਦੇ ਹਨ ਉਹ ਘਰ ਜਿਹੜਾ ਹੈ ਉਹ ਵੱਸਦਾ ਰਹੇਗਾ ਤੇ ਇਸ ਘਰ ਦਾ ਮਾਲਕ ਕੌਣ ਹੈ ਸਗਾ ਮਨ ਹੈ ਮਨ ਜਿਹੜਾ ਹੈ ਸੁਖੀ ਰਹੇਗਾ ਉਜਾੜ ਵਿੱਚ ਹੀ ਜਿਹੜਾ ਹੈ ਇਨਸਾਨ ਦੁਖੀ ਹੁੰਦਾ ਹੈ ਜਦੋਂ ਕੋਈ ਰਸਤਾ ਹੀ ਨਾ ਲੱਭੇ ਹਰ ਵੇਲੇ ਡਰ ਹੋਵੇ ਕਿਤੇ ਕੋਈ ਜਾਨਵਰ ਨਾ ਖਾ ਜਾਵੇ ਇਸੇ ਤਰ੍ਹਾਂ ਹੀ ਮਨ ਦੀ ਹਾਲਤ ਹੁੰਦੀ ਹੈ ਜੇ ਅੰਦਰ ਸੱਗੇ ਉਜਾੜ ਹੋਵੇਗਾ ਤਾਂ ਫਿਰ ਇਹ ਮਨ ਵੀ ਜਿਹੜਾ ਹੈ ਇਹ ਵੀ ਹਰ ਵੇਲੇ ਇਹ ਕਰਦਾ ਰਹੇਗਾ ਕਿਤੇ ਮੇਰੇ ਤੇ ਕੰਮ ਦਾ ਅਸਰ ਨਾ ਹੋ ਜਾਵੇ ਹਾਵੀ ਨਾ ਹੋ ਜਾਵੇ ਕਿਤੇ ਕ੍ਰੋਧ ਨਾ ਹਾਵੀ ਹੋ ਜਾਵੇ ਕਿਤੇ ਲੋਭ ਮੋਹ ਹੰਕਾਰ ਇਹਨਾਂ ਹਾਵੀ ਹੋ ਜਾਣ ਕਿਤੇ ਮੇਰੇ ਅੰਦਰ ਈਰਖਾ ਦਵੇਸ਼ ਨਾ ਪੈਦਾ ਹੋ ਜਾਵੇ ਵੈਰ ਵਿਰੋਧ ਨਾ ਪੈਦਾ ਹੋ ਜਾਵੇ ਇਸ ਤਰ੍ਹਾਂ ਇਹ ਮਨ ਹਰ ਵੇਲੇ ਹੀ ਗਰਦਾ ਰਿੰਦਾ ਹੈ ਤੇ ਜੇ ਵਾਹਿਗੁਰੂ ਪਰਮੇਸ਼ਰ ਦਾ ਇਸ ਤੇ ਵਾਸਾ ਹੈ ਯਾਦ ਹੈ ਉਸ ਦੀ ਫਿਰ ਇਸ ਮਨ ਨੂੰ ਕੋਈ ਗਰ ਨਹੀਂ ਹੈ ਕਿਉਂਕਿ ਗਰ ਨੂੰ ਦੂਰ ਕਰਨ ਵਾਲਾ ਆਪ ਇੱਥੇ ਵਸਿਆ ਰਿੰਦਾ ਹੈ ਸੁਖ ਸਾਗਰ ਗੁਰ ਪਾਇਆ ਤਾਂ ਸੈਸਾ ਸਗਲ ਮਿਟਾਇਆ ਅਜੇ ਹੀ ਇਨਸਾਨ ਨੇ ਸੁਖਾਂ ਦਾ ਜੋ ਸਾਗਰ ਹੈ ਗੁਰੂ ਜੋ ਹੈ ਸੁਖਾਂ ਦਾ ਸਾਗਰ ਹੈ ਅਜੇ ਹੀ ਗੁਰੂ ਦੀ ਪ੍ਰਾਪਤੀ ਹੋ ਗਈ ਜਿਸ ਦਾ ਸਦਕਾ ਸਾਰੀਆਂ ਹੀ ਚਿੰਤਾਵਾਂ ਮਿਟ ਗਈਆਂ ਗੁਰੂ ਨੇ ਰਸਤਾ ਦੱਸ ਦਿੱਤਾ हे ਪਿਆਰਿਆ ਵਾਹਿਗੁਰੂ ਨੂੰ ਆਪਣੇ ਅੰਦਰ ਪ੍ਰਗਟ ਕਰ ਲੈ ਕਿਵੇਂ ਪ੍ਰਗਟ ਹੋਵੇਗਾ ਉਹਦੀ ਯਾਦ ਵਿੱਚ ਜੁੜ ਗਿਆ ਜਿੱਥੇ ਹਰ ਆਰਾਧਿਆ ਤੇ ਤੇ ਹਰ ਮਿੱਤ ਸਹਾਈ ਜੇ ਉਹਦੀ ਆਰਾਧਨਾ ਕਰ ਲਾ ਪਏ ਉਹਨੂੰ ਯਾਦ ਕਰਨ ਲੱਗ ਪਵੇਂਗਾ ਵਾਹਿਗੁਰੂ ਹਾਜ਼ਰ ਹੋ ਜਾਏਗਾ ਤੇਰੇ ਕੋਲ ਸੋ ਵਾਹਿਗੁਰੂ ਨੇ ਗੁਰੂ ਨੇ ਰਸਤਾ ਦਿਖਾ ਦਿੱਤਾ ਹੁਣ ਅੱਗੇ ਜਿਹੜਾ ਇਨਸਾਨ ਹੈ ਇਸ ਨੇ ਉਸ ਰਸਤੇ 'ਤੇ ਚੱਲਣਾ ਹੈ ਜਿਹੜਾ ਤਾਂ ਗੁਰੂ ਦੀ ਗੱਲ ਸੁਣ ਕੇ ਉਸ ਰਸਤੇ 'ਤੇ ਚੱਲ ਪਿਆ ਉਦਾਇਕਰ ਜਿਹੜਾ ਹਿਰਦਾਕਾਰ ਹੈ ਵਸਦਿਆਂ ਦੇ ਵਿੱਚ ਹੋ ਗਿਆ ਉੱਥੇ ਫਿਰ ਇਹ ਮਨ ਜਿਹੜਾ ਹੈ ਆਨੰਦ ਵਿੱਚ ਰਹਿੰਦਾ ਹੈ ਕੋਈ ਚਿੰਤਾ ਨਹੀਂ ਹੁੰਦੀ ਇਸਨ ਹਰ ਕੇ ਨਾਮ ਕੀ ਵਗਿਆਈ ਆਠ ਪਹਿਰ ਗੁਣਗਾਈ ਗੁਰਪੂਰੇ ਤੇ ਪਾਈ ਰਹਾਉ ਅਜਿਹੀ ਅਵਸਥਾ ਦੇ ਵਿੱਚ ਪੂਰੇ ਗੁਰੂ ਦੀ ਕਿਰਪਾ ਨਾਲੇ ਦਾਤ ਮਿਲਦੀ ਹੈ ਕੇ ਅੱਖੇ ਪਹਿਰ ਹੀ ਪਰਮੇਸ਼ਰ ਦੇ ਨਾਮ ਦੀਆਂ ਉਗਾਈਆਂ ਕਰਨੀਆਂ ਚੰਗੀਆਂ ਲੱਗਦੀਆਂ ਸੁਣਨੀਆਂ ਵੀ ਚੰਗੀਆਂ ਲੱਗਦੀਆਂ ਹਨ ਪਰਮੇਸ਼ਰ ਦਾ ਨਾਮ ਜਿਹੜਾ ਹੈ ਇਹ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਸਲਾਹ ਹੈ ਨਾਮ ਕੇਵਲ ਨਾਮ ਹੀ ਨਹੀਂ ਹੈ ਜਿਵੇਂ ਆਮ ਚੀਜ਼ਾਂ ਦੇ ਨਾਮ ਹਨ ਬੰਦਿਆਂ ਦੇ ਨਾਮ ਹਨ ਇਹ ਜਿਹੜਾ ਵਾਹਿਗੁਰੂ ਨਾਮ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਇਹ ਵਾਹਵਾ ਸਿਫਤ ਸਲਾਹ ਹੈ ਇਹ ਸਿਫਤ ਸਲਾਹ ਹੈ ਵਾਹਿਗੁਰੂ ਪਰਮੇਸ਼ਰ ਦੀ ਵਗਾਈ ਹੈ ਜਦੋਂ ਅਸੀਂ ਵਾਹਿਗੁਰੂ ਕਹਿੰਦੇ ਹਾਂ ਤਾਂ ਇਹਦਾ ਮਤਲਬ ਇਹ ਹੈ ਕਿ ਅਸੀਂ ਗੁਰੂ ਦੀ ਜੋ ਪਰਮੇਸ਼ਰ ਦਾ ਰੂਪ ਹੈ ਉਸ ਦੀ ਵਗਾਈ ਕਰ ਰਹੇ ਹਾਂ ਉਸ ਦੀ ਵਾਵਾ ਕਰ ਰਹੇ ਹਾਂ ਜਾਂ ਆਪਾਂ ਤਨ ਤਨ ਕਹਿ ਦਿੰਦੇ ਹਾਂ ਤਨ ਤਨ ਗੁਰੂ ਨਾਨਕ ਦੇਵ ਜੀ ਇਹਦਾ ਮਤਲਬ ਵੀ ਇਹੀ ਹੈ ਤੇ ਵਾਹ ਦਾ ਅਰਥ ਵੀ ਇਹੀ ਹੈ ਸੋ ਇਹ ਵਰਗਾਈ ਦਾਤ ਮਿਲੀ ਕਿਵੇਂ ਮਿਲੀ ਜਦੋਂ ਗੁਰੂ ਦੇ ਉਪਦੇਸ਼ ਤੇ ਚੱਲਦੇ ਆ ਹੋਇਆ ਹਰ ਵੇਲੇ ਹੀ ਧਿਆਨ ਇਸ ਪਾਸੇ ਹੋ ਗਿਆ ਪ੍ਰਾਕੀਆ ਕਥ ਕਹਾਣੀ ਜਨ ਬੋਲ ਹੈ ਅੰਮ੍ਰਿਤ ਬਾਣੀ ਰੱਬ ਦੇ ਪਿਆਰ ਵਾਲੇ ਜਿਹੜੇ ਹਨ ਉਹ ਅੰਮ੍ਰਿਤ ਬਾਣੀ ਨਾਲ ਜੁੜੇ ਰਹਿੰਦੇ ਹਨ ਗੁਰੂ ਕਹਿੰਦਾ ਹੈ ਪਿਆਰਿਓ ਗੁਰਬਾਣੀ ਗਾਵੋ ਭਾਈ ਉਹ ਸਫਲ ਸਦਾ ਸੁਖਦਾਈ ਆਓ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਗੁਰਸਿੱਖੋ ਆਜੋ ਇਕੱਠੇ ਹੋ ਕੇ ਬਾਣੀ ਨੂੰ ਗਾਈਏ ਮਿਲ ਕੇ ਗਾਈਏ ਸੋ ਸੋ ਕਮ ਲੇਗਾ ਤਾਂ ਹਨੇਰੇ ਵਿੱਚੋਂ ਇਹ ਪ੍ਰਭੂ ਦੀਆਂ ਕਹਾਣੀਆਂ ਵੀ ਹਨ ਗੁਰਬਾਣੀ ਦੇ ਵਿੱਚ ਰੱਬ ਦੀਆਂ ਗੱਲਾਂ ਬਹੁਤ ਸਮਝਾਈਆਂ ਹੋਈਆਂ ਹਨ ਕਿੱਥੇ ਵੱਸਦਾ ਹੈ ਕਿਸ ਤਰ੍ਹਾਂ ਦਾ ਹੈ ਉਹ ਉਹ ਕੀ ਕਰਦਾ ਕੀ ਹੈ ਉਸਦਾ ਸੰਸਾਰ ਨਾਲ ਸੰਬੰਧ ਕਿਸ ਤਰ੍ਹਾਂ ਦਾ ਹੈ ਔਰ ਕਿਵੇਂ ਇੰਨਾ ਵੱਡੀ ਰਚਨਾ ਰੱਜ ਕੇ ਇਸ ਨੂੰ ਚਲਾ ਕਿਵੇਂ ਰਿਹਾ ਹੈ ਇਹ ਸਾਰੀਆਂ ਗੱਲਾਂ ਹੀ ਗੁਰਬਾਣੀ ਦੇ ਵਿੱਚ ਸਮਝਾਈਆਂ ਹੋਈਆਂ ਹਨ ਤੋ ਜਿਵੇਂ ਜਿਵੇਂ ਬਾਣੀ ਨਾਲ ਜੁੜਦਾ ਜਾਂਦਾ ਹੈ ਸਮਝ ਕੇ ਜਦੋਂ ਬਾਣੀ ਨੂੰ ਪੜਦਾ ਹੈ ਤਾਂ ਉਸ ਵੇਲੇ ਇਹ ਰੱਬ ਦੀਆਂ ਅਕਥ ਕਹਾਣੀਆਂ ਜਿਹੜੀਆਂ ਹਨ ਇਹਨਾਂ ਦੀ ਸਮਝ ਲੱਗਦੀ ਹੈ ਤੇ ਇਹ ਵੀ ਸਮਝ ਲੱਗਦੀ ਹੈ ਕਿ ਜਿਸ ਦੀਆਂ ਗੱਲਾਂ ਮਹਾਰਾਜ ਸਾਨੂੰ ਸੁਣਾ ਰਹੇ ਹਨ ਕਿ ਸਾਰੀ ਰਚਨਾ ਦੇ ਵਿੱਚ ਰੱਜ ਕੇ ਇਹਨੂੰ ਆਪਣੀ ਕੋਠੜੀ ਬਣਾ ਲਿਆ ਹੈ ਉਸਨੇ ਇਹ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਆਪ ਇਹਦੇ ਵਿੱਚ ਵੇਖਾ ਹੋਇਆ ਆਨੰਦ ਮਾਣ ਰਿਹਾ ਹੈ ਇਸੇ ਤਰ੍ਹਾਂ हे ਇਨਸਾਨ ਉਹ ਵਾਹਿਗੁਰੂ ਜੋ ਹੈ ਉਸਨੇ ਤੇਰਾ ਸਰੀਰ ਰਹਾ ਜੋ ਇਹ ਸਰੀਰੂਪੀ ਕੋਠੜੀ ਵੀ ਉਸੇ ਨੇ ਬਣਾਈ ਹੋਈ ਹੈ ਇਸ ਕੋਠੜੀ ਨੂੰ ਰਚ ਕੇ ਇਹਦੇ ਵਿੱਚ ਉਹ ਹੈ ਪਰ ਤੂੰ ਆਪਣੀ ਹਉਮੈ ਕਾਰਨ ਮੈਂ ਕਾਰਨ ਉਸ ਨੂੰ ਭੁੱਲ ਗਿਆ ਹੈ ਜੇ ਤੂੰ ਗੁਰੂ ਦੇ ਰਸਤੇ ਤੇ ਚੱਲਦੇ ਆਂ ਗੁਰੂ ਦੀ ਬਾਣੀ ਦੇ ਉਪਦੇਸ਼ ਅਨੁਸਾਰ ਚੱਲਦੇ ਆਂ ਉਸ ਵੱਲ ਧਿਆਨ ਕਰੇਗਾ ਤਾਂ ਉਹ ਪ੍ਰਗਟ ਹੋਏ ਜਦੋਂ ਆਪਾਂ ਕਿਸੇ ਬੰਦੇ ਨੂੰ ਕਿਸੇ ਇਨਸਾਨ ਨੂੰ ਕਿਸੇ ਚੀਜ਼ ਨੂੰ ਭੁੱਲ ਜਾਈਏ ਤਾਂ ਉਹ ਸਾਗੇ ਵਾਸਤੇ ਉਹਦੀ ਹੋਂਦ ਖਤਮ ਹੋ ਜਾਂਦੀ ਹੈ ਸਾਗੇ ਵਾਸਤੇ ਉਹਦੀ ਕੋਈ ਹੋਂਦ ਨਹੀਂ ਹੈ ਸੋ ਇਸੇ ਤਰ੍ਹਾਂ ਹੀ ਜਦੋਂ ਇਨਸਾਨ ਰੱਬ ਨੂੰ ਭੁੱਲ ਜਾਂਦਾ ਹੈ ਉਹਦੇ ਵਾਸਤੇ ਰੱਬ ਦੀ ਕੋਈ ਹੋਂਦ ਨਹੀਂ ਰਹਿ ਜਾਂਦੀ ਬਾਣੀ ਸਾਨੂੰ ਸੁਚੇਤ ਕਰਦੀ ਹੈ ਸਾਡੀ ਅਗਵਾਈ ਕਰਦੀ ਹੈ ਕਿ ਇਨਸਾਨ ਤੂੰ ਤਾਂ ਉਹਦੀ ਅੰਸ਼ ਹੈ ਹੁਣ ਬੱਚਾ ਕਰਾਏ ਪਿਆ ਹੋਵੇ ਤੇ ਪਿਓ ਮਾਂ ਪਿਓ ਚੰਗੇ ਹੋਣ ਨੇਕ ਇਨਸਾਨ ਹੋਣ ਤਾਂ ਲੋਕ ਕਹਿੰਦੇ ਹਨ ਬੱਚਿਆ ਤੇਰੇ ਮਾਂ ਪਿਓ ਵੇਖ ਕਿਸ ਤਰ੍ਹਾਂ ਦੇ ਹੰਦ ਤੂੰ ਕੀ ਬਣ ਗਿਆ ਹੈ ਤੈਨੂੰ ਇਸ ਤਰ੍ਹਾਂ ਤਾਂ ਨਹੀਂ ਚਾਹੀਦਾ ਹੈ ਕਿਉਂਕਿ ਤੂੰ ਉਹਨਾਂ ਦੀ ਅੰਸ਼ ਹੈ ਕੋਹ ਕਵੀਰੇ RAM ਕੀ ਅੰਸ਼ ਇਹ ਸਾਗੇ ਅਸੀਂ ਜੋ ਹਾਂ ਅਸੀਂ RAM ਦੀ ਅੰਸ਼ ਹਾਂ ਤੇ ਅਸੀਂ ਜਦੋਂ RAM ਦੀ ਅੰਸ਼ ਹਾਂ ਤਾਂ ਫਿਰ ਸਾਨੂੰ ਰਾਮ ਵਰਗੇ ਹੀ ਹੋਣਾ ਚਾਹੀਦਾ ਹੈ ਰੱਬ ਵਰਗੇ ਹੀ ਹੋਣਾ ਚਾਹੀਦਾ ਹੈ ਨਾ ਜੋ ਰਮਿਆ ਹੋਇਆ ਹੈ ਹਰ ਥਾਂ ਹੀ ਸੋ ਇਹ ਗੱਲਾਂ ਕਿੱਥੋਂ ਸਮਝ ਆਈਆਂ ਇਹ ਇਕੱਠ ਕਹਾਣੀ ਇਹੀ ਹੈ ਕਿ ਇਹ ਬਾਣੀ ਨੂੰ ਪੜਦਿਆਂ ਪੜਦਿਆਂ ਗਾਉਂਦਿਆਂ ਗਾਉਂਦਿਆਂ ਜਦੋਂ ਸਮਝ ਲੱਗਦੀ ਹੈ ਕਿ ਇਹ ਵਾਹਿਗੁਰੂ ਪਰਮੇਸ਼ਰ ਨੇ ਅਚਰਜ ਖੇਡ ਰਚੀ ਹੈ ਤੇ ਸਾਨੂੰ ਸਾਡੇ ਜੀਵਨ ਦਾ ਜਿਹੜਾ ਮਨੋਰਥ ਹੈ ਉਹ ਇਹੀ ਹੈ ਕਿ ਸਾਨੂੰ ਵਾਹਿਗੁਰੂ ਪਰਮੇਸ਼ਰ ਜਿਹੜਾ ਹੈ ਇਸੇ ਜੀਵਨ ਦੇ ਵਿੱਚ ਹੀ ਮਿਲ ਜਾਵੇ ਇਹ ਮਨੋਰਥ ਹੈ ਗੁਰਮਤਿ ਮੇੜ ਕਿਹੇ ਤਰੀ ਬਰੀਆ ਦਾ ਮਤਲਬ ਇਹੀ ਹੈ ਕਿ ਵਾਰੀ ਦਿੱਤੀ ਹੈ ਵਾਹਿਗੁਰੂ ਨੇ ਔਰ ਇਸ ਦੇਹ ਜਿਹੜੀ ਆ ਜੁਨਾ ਜਿੰਨੀਆਂ ਹੋਰ ਜੁਨਾ ਹਨ ਇਨਸਾਨ ਤੋਂ ਬਿਨਾ ਇਹ ਸਾਰੀਆਂ ਹੀ ਲੋਚ ਦੀਆਂ ਹਨ ਕਿ ਸਾਨੂੰ ਮਨੁੱਖਾ ਰਹੀ ਮਿਲ ਜਾਵੇ ਪਰ ਕੀਤੇ ਹੋਏ ਕਰਮਾਂ ਦੇ ਅਨੁਸਾਰ ਲੰਮਾ ਚੱਕਰ ਹੈ ਕਦੀ ਕੁਛ ਬਣ ਗਿਆ ਕਦੀ ਕੁਛ ਬਣ ਗਿਆ ਕਈ ਜਨਮ ਪੈ ਕੇ ਇੱਕ ਪਤੰਗਾ ਕਈ ਜਨਮ ਗਜ ਮੀਨ ਕੰਗਾ ਇਸ ਤਰ੍ਹਾਂ 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 ਦੇ ਜੁਨਾਂ ਚ ਪੈਦਾ ਰਹਿੰਦਾ ਹੈ ਫਿਰ ਕਿਤੇ ਇਨਸਾਨ ਦੀ ਨੂੰ ਚੰਗੇ ਇਨਸਾਨ ਦੀ ਜਿਹੜੀ ਹੈ ਉਹ ਇਸ ਨੂੰ ਦੇਹੀ ਜਿਹੜੀ ਹੈ ਮਿਲਦੀ ਹੈ ਨੇਕ ਇਨਸਾਨ ਦੀ ਜਿਹਨੂੰ ਦੇਵਤਾ ਕਹਿੰਦੇ ਹਨ ਦੇਵਤੇ ਜਿਹੜੇ ਇਸ ਦੇਹੀ ਕੋ ਸਿਮਰਹੇਂ ਦੇਵ ਸਾਦ ਇਹੀ ਭਜ ਹਰ ਕੀ ਸੇਵ ਦੇਵ ਤੇ ਵੀ ਤਰਲੇ ਲੈਂਦੇ ਹਨ ਕਿ ਸਾਨੂੰ ਫੇ ਮਨੁੱਖਾ ਦੇਹੀ ਮਰੇ ਉਹ ਫਿਰ ਰੱਬ ਨੂੰ ਤਾਂ ਯਾਦ ਕਰਦੇ ਰਹਿੰਦੇ ਹਨ ਉਹ ਇਸ ਪਾਸੇ ਲੱਗਦੇ ਹਨ हे ਇਨਸਾਨ ਤੈਨੂੰ ਸਾਰਿਆਂ ਤੋਂ ਇਸ ਧਰਤੀ 'ਤੇ ਤੇਰੀ ਸਿਕਦਾਰੀ ਅਵਰਜੋਂ ਤੇਰੀ ਪਨਿਹਾਰੀ ਤੈਨੂੰ ਸਾਰੀਆਂ ਜੀਵਾਂ ਦਾ ਸਰਦਾਰ ਬਣਾਇਆ ਹੋਇਆ ਹੈ ਇਹ ਸਾਰੀਆਂ ਜੀਵਾਂ ਤੇਰੀ ਸੇਵਾ ਵਿੱਚ ਲਾਈਆਂ ਹੋਈਆਂ ਹਨ ਤੂੰ ਕਿਉਂ ਨਹੀਂ ਪਛਾਣਦਾ ਆਪਣੇ ਮੂਲ ਨੂੰ ਜਿਸ ਦੀ ਅੰਸ ਹੈ ਉਸ ਵੱਲ ਧਿਆਨ ਕਰ ਇਹ ਗੱਲ ਕਿੰਨੇ ਸਮਝਾਈ ਇਹ ਪਾਵਨ ਬਾਣੀ ਨੇ ਸਾਨੂੰ ਗੱਲ ਸਮਝਾਈ ਨਾਨਕ ਦਾਸ ਵਿਖਾਣੀ ਗੁਰਪੂਰੇ ਤੇ ਜਾਣੇ ਇਹ ਅਕਥ ਕਹਾਣੀ ਜੋ ਹੈ ਜਿਹੜੀ ਗੁਰੂ ਮਹਾਰਾਜ ਨੇ ਸਾਨੂੰ ਪਾਵਨ ਬਾਣੀ ਦੇ ਰਾਹੀਂ ਸਾਰੀ ਸਮਝਾਈ ਹੈ ਇਹ ਅਕਥ ਕਹਾਣੀ ਨਾਨਕ ਦਾਸ ਗੁਰਪੂਰੇ ਤੇ ਜਾਣੇ ਪੂਰੇ ਗੁਰੂ ਦੇ ਰਾਹੀਂ ਇਹ ਸਮਝਾਈ ਸੋ ਸਤਗੁਰੂ ਜੀ ਨੇ ਰਹਿਮਤ ਕੀਤੀ ਸਾਗੇ ਤੇ ਸਾਨੂੰ ਜੀਵਨ ਦਾ ਰਸਤਾ ਦਿਖਾਇਆ ਹਜ ਦੇ ਹੁਕਮਨਾਮੇ ਦੇ ਰਾਹੀਂ ਕਿ ਇਹ ਇਨਸਾਨ ਇਹ ਨਹੀਂ ਇੱਕ ਖਾ ਲਿਆ ਪੀ ਲਿਆ ਹੱਸ ਲਿਆ ਖੇਡ ਲਿਆ ਸੌ ਲਿਆ ਇਹ ਤਾਂ ਸਾਰੇ ਜੀਵਨ ਜਾਨਵਰ ਸਾਰੇ ਹੀ ਦੇਖੋ ਇੰਨਾ ਕਿੰਨੇ ਕਿੰਨੇ ਉੱਚੇ ਆਕਾਸ਼ ਵਿੱਚ ਉੱਡਦੀਆਂ ਫਿਰਦੀਆਂ ਹਨ ਕੋ ਕਰਦੀਆਂ ਤਾਂ ਕੁਝ ਨਹੀਂ ਹਨ ਐਵੇਂ ਘੁੰਮੀ ਜਾਂਦੀਆਂ ਹਨ ਜਿਤੋਂ ਵੀ ਇਸੇ ਤਰ੍ਹਾਂ ਹੀ ਉਹਨਾਂ ਇੱਲਾ ਵਾਂਗੂ ਹੀ ਘੁੰਮੀਆਂ ਇਹ ਦਰਦੋਂ ਤੇਰਾ ਫਾਇਦਾ ਕੀ ਹੈ ਇੱਥੇ ਆਉਣ ਦਾ ਤੂੰ ਕੁਝ ਕਰਨ ਵਾਸਤੇ ਆਇਆ ਹੈ ਤੇ ਜੇ ਕੀਤਾ ਕੁਝ ਨਾ ਤਾਂ ਫਿਰ ਦੇਖ ਲੈ ਬਾਅਦ ਦੇ ਵਿੱਚ ਤੈਨੂੰ ਪਛਤਾਵਾ ਰਹੇਗਾ ਜੇ ਇੱਥੇ ਆ ਕੇ ਵੀ ਤੂੰ ਨੇਕ ਕੰਮ ਕੋਈ ਨਾ ਕੀਤਾ ਔਗਣਾ ਚ ਹੀ ਫਸਿਆ ਰਿਹਾ ਕਰ ਔਗਣ ਪਛੋਤਾਵਣਾ ਫਿਰ ਦੇਖ ਲੈ ਆਫੇ ਪਛਤਾਵਾ ਰਹੇਗਾ ਤੇ ਇਹ ਜਿਹੜਾ ਸਰੀਰ ਮਿਲਿਆ ਹੋਇਆ ਹੈ ਯਾਦ ਰੱਖ ਕੱਪੜ ਰੂਪ ਸਹਾਵਣਾ ਛੱਜ ਦੁਨੀਆ ਅੰਦਰ ਜਾਵਣਾ ਇਹਨੂੰ ਛੱਗਣਾ ਹੈ ਵੇਖਣ ਨੂੰ ਬੜਾ ਸੋਹਣਾ ਲੱਗਦਾ ਹੈ ਪਰ ਇਹ ਛੱਗਣਾ ਪੈਣਾ ਹੈ ਸੋ ਇਸ ਕਰਕੇ ਸਾਵਧਾਨ ਹੋ ਛੱਗਣ ਤੋਂ ਪਹਿਲਾਂ ਪਹਿਲਾਂ ਕੋਈ ਜੀਵਨ ਦੇ ਵਿੱਚ ਕੁਝ ਨਾ ਕੁਝ ਕਰ ਲੈ। ਸੋ ਇਹ ਪਾਵਨ ਹੁਕਮਨਾਮਾ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਵਰ ਵਰਹੰਸ ਰਾਗ ਦੀ ਵਾਰ ਦੇ ਵਿੱਚ ਜੋ ਤੀਸਰੇ ਪਾਸ਼ਾ ਦੀ ਹੈ ਉਸ ਦੇ ਵਿੱਚ ਆਪਾਂ ਵਿਚਾਰ ਸਰਵਣ ਕਰ ਰਹੇ ਸੀ। ਵਾਹਿ। 13 ਪੌੜੀਆਂ ਦੀ ਵਿਚਾਰ ਆਪਾਂ ਪਿੱਛੇ ਸਰਵਣ ਕੀਤੀ ਹੈ। ਅੱਜ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। 14ਵੀਂ ਪੌੜੀ ਦੀ ਵਿਚਾਰ ਆਰੰਭ ਹੈ। ਸ਼ਲੋਕ ਮਹਲਾ 3 ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦਨ ਲਾਗੋ ਪਾਓ। ਉਸਨੂੰ ਸੁਖ ਨਾ ਉਪਜੈ ਭਾਵੇਂ ਸੌ ģੜਾ ਬੋ ਜਾਓ। ਜਿੰਨੂੰ ਗੁਰੂ ਦੇ ਤੇ ਵਿਸ਼ਵਾਸ ਹੀ ਨਹੀਂ ਹੈ ਪਰੋਸਾ ਹੀ ਨਹੀਂ ਆਇਆ। ਤੇ ਸ਼ਬਦ ਨਾਲ ਪ੍ਰੇਮ ਨਹੀਂ ਪਹਿਲਾਂ ਤਾਂ ਗੁਰੂ ਤੇ ਵਿਸ਼ਵਾਸ ਕੇ ਗੁਰੂ ਮੇਰਾ ਰੱਗਾ ਗੁਰੂ ਹੈ ਸਭ ਤੋਂ ਰੱਗਾ ਸਭ ਤੇ ਰੱਗਾ ਸਤਿਗੁਰੂ ਨਾਨਕ ਹੈ ਫਿਰ ਗੁਰੂ ਦੇ ਬਚਨ ਦੇ ਤੇ ਵਿਰੋਸਾ ਸ਼ਬਦਾਂ ਮਲੋ ਗੁਰੂ ਦਾ ਉਪਦੇਸ਼ ਜੋ ਹੈ ਕਿ ਗੁਰੂ ਜਿਹੜਾ ਹੈ ਪੂਰਾ ਗੁਰ ਅਖਿਓ ਜਾਂਕਾ ਮੰਤਰ ਅਮਰਤ ਦੇਸ਼ਕ ਪੇਖੇ ਹੋਏ ਸੰਤ ਗੁਰੂ ਦੇ ਬਚਨ ਜਿਹੜੇ ਹਨ ਇਹ ਨਾਸ ਨਾਸ ਹੋਣ ਵਾਲੇ ਨਹੀਂ ਹਨ ਅਖਿਓ ਦਾ ਮਤਲਬ ਹੈ ਨਾ ਜਿਹੜਾ ਨਾਸ ਨਾ ਹੋਵੇ ਗੁਰੂ ਦਾ ਉਪਦੇਸ਼ ਸਦਾ ਰਹਿਣ ਵਾਲਾ ਹੈ ਔਰ ਇਹ ਹਰ ਇੱਕ ਦੇ ਉੱਤੇ ਲਾਗੂ ਹੋਣ ਵਾਲਾ ਹੈ ਜਿਹੜੇ ਮੰਤਰ ਸੰਸਾਰੀ ਮੰਤਰ ਲੋਕਾਂ ਬਣਾਏ ਹੋਣ ਉਹ ਕਿਸੇ ਤੇ ਲਾਗੂ ਹੁੰਦਾ ਕਿਸੇ ਤੇ ਨਹੀਂ ਲਾਗੂ ਹੁੰਦਾ ਪਰ ਇਹ ਹਰ ਇੱਕ ਤੇ ਲਾਗੂ ਹੋ ਜਾਂਦਾ ਹੈ ਫੇ ਅਖਿਉ ਹੈ ਇਸ ਨੂੰ ਕੋਈ ਦੁਨੀਆ ਦਾ ਮੰਤਰ ਨਹੀਂ ਹੈ ਜਿਹੜਾ ਇਸ ਦੇ ਅਸਰ ਨੂੰ ਖਤਮ ਕਰ ਦੇਵੇ ਗੁਰੂ ਇੰਨਾ ਮਿਹਰ ਦਾ ਦਾਤਾ ਹੈ ਕਿ ਉਹ ਤਾਂ ਜੇ ਮਿਹਰ ਦੀ ਦ੍ਰਿਸ਼ਟੀ ਨਾਲ ਹੀ ਕਿਸੇ ਵੱਲ ਵੇਖ ਲਿਓ ਉਹਨੂੰ ਸੰਤ ਬਣਾ ਦਿੰਦਾ ਹੈ ਅਮਰਤ ਦ੍ਰਿਸ਼ਟਪੇਖੇ ਹੋਏ ਸੰਤ ਜਿਹਦੇ ਵੱਲ ਮਿਹਰ ਦੀ ਨਜ਼ਰੀਂ ਨਾਲ ਵੇਖ ਲਵੇ ਉਹਨੂੰ ਸੰਤ ਬਣਾ ਦਿੰਦਾ ਹੈ। ਹੇ ਪਿਆਰੇ ਜੇ ਤੇਰਾ ਸ਼ਬਦ ਨਾਲ ਵੀ ਪਿਆਰ ਨਹੀਂ ਲੱਗਾ ਤੇ ਗੁਰੂ ਤੇ ਭਰੋਸਾ ਵੀ ਨਹੀਂ ਹੈ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਗੇੜਾ ਆਵੋ ਜਾਓ ਆਵੋ ਜਾਓ ਇਹ ਪੜਨਾ ਹੈ ਭਾਖ ਬਿੰਦੀ ਨਹੀਂ ਲਾਉਣੀ ਹੈ 100 ਗੇੜਾ ਫਿਰ ਭਾਵੇਂ ਗੁਰੂ ਦੇ ਦਰ ਦੇ ਤੇ 100 ਗੇੜਾ ਆਉਂਦਾ ਜਾਂਦਾ ਰਹੇ। ਸਾਰਾ ਦਿਨ ਲੱਗਾ ਰਹੇ ਕਦੀ ਆ ਗਿਆ ਕਦੀ ਚਲੇਗਾ ਇਹ ਗੇੜੇ ਮਾਰਨ ਦੇ ਨਾਲ ਨਹੀਂ ਕੁਝ ਵੀ ਬਣਨਾ ਜਿੰਨੇ ਮਰਜ਼ੀ ਗੇੜੇ ਲਾ ਲਈਏ ਗੁਰੂ ਦੇ ਕੋਲ ਆ ਕੇ ਕੁਝ ਸੁਣਨਾ ਹੈ ਆਪਣੇ ਦਿਲ ਦੀ ਗੱਲ ਗੁਰੂ ਦੇ ਅੱਗੇ ਰੱਖਣੀ ਹੈ ਉਹ ਆਪਾਂ ਅਰਦਾਸ ਦੇ ਰੂਪ ਵਿੱਚ ਰੱਖ ਸਕਦੇ ਹਾਂ ਪਰ ਸੁਣਾ ਕੇ ਕਰਨ ਦੀ ਲੋੜ ਵੀ ਨਹੀਂ ਰੱਖਣ ਦੀ ਮੰਨ ਕਰਕੇ ਹੀ ਗੁਰੂ ਨਾਲ ਗੱਲਾਂ ਕਰ ਲਈਦੀਆਂ ਹਨ ਮਨ ਦੇ ਵਿੱਚ ਹੀ ਗੁਰੂ ਨੇ ਗੱਲਾਂ ਕਰੀ ਦੀਆਂ ਹਨ ਜਿਹੜੀਆਂ ਸਾਡੀਆਂ ਮੁਸ਼ਕਲਾਂ ਹਨ ਜਾਂ ਜੋ ਸਾਡੇ ਦਿਲ ਦੀਆਂ ਗੱਲਾਂ ਹਨ ਉਹ ਗੁਰੂ ਨੇ ਸਾਂਝੀਆਂ ਕਰੀ ਦੀਆਂ ਹਨ ਸੋ ਮਾਰੇ ਕਹਿੰਦੇ ਕਿ ਦੇਖ ਲੈ ਐਵੇਂ ਢੇੜੇ ਨਾ ਮਾਰੀ ਜਾਵੇਂ ਫਿਰ ਆਖੇ ਕਿ ਮੈਂ ਬੜਾ ਜੀ ਭਗਤਾਂ ਹਾਂ ਮੇਰੇ ਵਰਗਾ ਤਾਂ ਕੋਈ ਹੈ ਹੀ ਨਹੀਂ ਹੈ ਨਾਨਕ ਗੁਰਮੁਖ ਸਹਿਜ ਮਿਲੇ ਸੱਚੇ ਸਿਉ ਲਿਵ ਲਾਓ ਗੁਰਮੁਖ ਜਿਹੜੇ ਹਨ ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨਾਂ ਨੂੰ ਗੁਰੂ ਤੇ ਭਰੋਸਾ ਆ ਗਿਆ ਤੇ ਗੁਰੂ ਦੇ ਸ਼ਬਦ ਨੂੰ ਦੇ ਨਾਲ ਪ੍ਰੇਮ ਹੋ ਗਿਆ ਬਾਣੀ ਨਾਲ ਪ੍ਰੇਮ ਹੋ ਗਿਆ ਉਹ ਸਹਿਜ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਵਿੱਚ ਲਿਵ ਲਾ ਕੇ ਰਹਿਦੇ ਨੇ ਕਿਉਂ ਗੁਰੂ ਨੇ ਇਹੀ ਕਿਹਾ ਹੈ ਕਿ ਲਿਵ ਲਾ ਵਾਹਿਗੁਰੂ ਪਰਮੇਸ਼ਰ ਦੇ ਵਿੱਚ ਜੇ ਨਹੀਂ ਲਾਵੇਂਗਾ ਸੱਚੀ ਲਿਵ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵ ਬਾਝੋਂ ਕੀ ਕਰੇ ਵਿਚਾਰ ਬਾਕੀ ਕੁਝ ਨਹੀਂ ਹੈ ਢੇੜੇ ਲਾਉਣ ਦੇ ਨਾਲ ਕੁਝ ਨਹੀਂ ਬੜਨਾ ਹੈ ਲਿਵ ਲਾਉਣੀ ਹੈ ਸੋ ਲਿਵ ਲੱਗ ਗਈ ਤਾਂ ਤੇਰੇ ਕੋਲ ਹੈ ਮੰਤਨ ਨਾਮ ਜਪੋ ਲਿਵ ਲਾਏ ਜਾਪ ਕਰਨਾ ਹੈ ਬਾਣੀ ਪੜ੍ਹਨੀ ਹੈ ਨਾਮ ਜਪਣਾ ਹੈ ਲਿਵ ਲਾ ਕੇ ਭਾਵ ਸੁਰਤੀ ਨੂੰ ਜੋੜ ਕੇ ਪੜ੍ਹੇ ਨੂੰ ਦੁੱਖ ਦਰਦ ਮੰਨ ਤੇ ਪਹੁੰਚ ਜਾਏ ਨਾ ਤੈਨੂੰ ਕੋ ਦੁੱਖ ਰਹੇਗਾ ਨਾ ਤੈਨੂੰ ਕੋ ਤਕਲੀਫ ਰਹੇਗੀ ਦਰਦ ਕੋਈ ਪੀੜਾ ਰਹੇ ਜਾਈਗੀ ਤੇ ਕੋਈ ਗਰ ਵੀ ਨਹੀਂ ਮਨ ਦੇ ਵਿੱਚ ਰਹੇਗਾ ਜੇ ਤੂੰ ਕਿਤੇ ਗੁਰੂ ਦੀ ਗੱਲ ਮੰਨ ਲਵੇਂ ਤਾਂ ਸੋ ਸੈਜ ਦੇ ਵਿੱਚ ਹੀ ਭਾ ਉਚੇਚ ਨਹੀਂ ਕਰਨੀ ਕਿ ਚਲੋ ਜੀ ਮੈਂ ਹੁਣੇ ਜਾਂ ਕਈ ਵਰੀ ਕਈਆਂ ਨੂੰ ਇਹ ਹੁੰਦਾ ਚਲੋ ਜੀ ਫਲਾਨੇ ਗੁਰਦੁਆਰੇ ਹੁਣ ਉੱਥੇ ਚਲੀਏ ਹੁਣ ਉੱਥੇ ਚਲੀਏ ਇਦਾਂ ਬਹੁਤਿਆਂ ਥਾਵਾਂ ਤੇ ਮੱਥਾ ਕੱਕਣਾ ਨਹੀਂ ਕੁਝ ਵੀ ਬਣਦਾ ਇੱਕ ਥਾਂ ਹੀ ਮੱਥਾ ਕੱਕੋ ਸਾਰੇ ਥਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਹਨ ਵਿਸ਼ਵਾਸ ਰੱਖੋ ਭਰੋਸਾ ਰੱਖੋ ਇਤਿਹਾਸ ਨੂੰ ਪੜੋ ਇਤਿਹਾਸਿਕ ਸਥਾਨ ਹੈ ਇੱਕ ਵਾਰੀ ਯਾਤਰਾ ਕਰ ਲੋ ਉੱਥੋਂ ਦੀ ਦਰਸ਼ਨ ਕਰ ਲੋ ਉੱਥੋਂ ਦੇ ਮੁੜ ਮੁੜ ਕੇ ਜਾਣ ਦੀ ਕੀ ਲੋੜ ਹੈ ਤੀਰਸਤਾਨ ਗੁਰੂ ਆਪ ਹੈ ਤੇ ਤੁਸੀਂ ਗੁਰੂ ਦੇ ਗੁਰੂ ਰੂਪੀ ਤੀਰਸਨ ਆਪ ਆਪਣੇ ਕੋਲ ਹੀ ਕਿਉਂ ਨਹੀਂ ਸਾਧ ਲੈਂਦੇ ਔਰ ਸਦਾ ਕਿਉਂ ਇਸ ਤੀਰਥ ਦੇ ਉੱਤੇ ਵੇਖੇ ਰਹਿੰਦੇ ਗੁਰਤੀਰਥ ਗੁਰਪਾਰ ਜਾਤ ਗੁਰਮਨਸਾ ਪੂਰਨ ਹਾਰ ਕੀ ਲੋੜ ਹੈ ਉੱਥੇ ਜਾ ਕੇ ਕਿਤੇ ਹੋਰ ਜਾ ਕੇ ਤੂੰ ਆਂਦੇ ਆंदे ਜੇ ਤੁਸੀਂ ਸਾਗੀਆਂ ਮਨਸ਼ਾ ਪੂਰੀਆਂ ਹੋਣ ਗਿਆ ਤੇ ਗੁਰੂ ਤਾਂ ਤੀਰਥ ਹੈ ਗੁਰੂ ਗੁਰੂ ਕੀ ਹੈ ਬਾਣੀ ਹੈ ਸ਼ਬਦ ਹੈ ਤੁਸੀਂ ਬਾਣੀ ਦੇ ਵਿੱਚ ਕਿਉਂ ਨਹੀਂ ਹਰ ਵੇਲੇ ਕੇ ਰਹਿੰਦੇ ਆਪਣੇ ਮਨ ਨੂੰ ਕਿਉਂ ਨਹੀਂ ਟਿਕਾ ਕੇ ਰੱਖਦੇ ਗੁਰੂ ਤਾਂ ਹੈ ਗਿਆ ਮਨਸਾ ਪੂਰੀਆਂ ਕਰੇਗਾ ਪਰ ਗੁਰਬਾਣੀ ਦੇ ਵਿੱਚ ਤਾਂ ਕਬੀ ਲਾਓ ਨਾ ਕਬੀ ਨਹੀਂ ਲਾਉਂਦੇ ਹੋ ਵਾਏ ਮਹਲਾਤ ਜਾਏ ਇਹ ਮਨਾ ਐਸਾ ਸਤਗੁਰੂ ਖੋਜ ਲਾ ਹੋ ਜਿਤ ਸੇਵਿਆਂ ਜਨਮ ਮਰਨ ਦਾ ਦੁੱਖ ਜਾਏ। ਹੇ ਮਨਾ ਇਹੋ ਜਿਹਾ ਗੁਰੂ ਲੱਭ ਜੀ ਦੀ ਸੇਵਾ ਕਰਨ ਦੇ ਨਾਲ ਜਨਮ ਮਰਨ ਦਾ ਦੁੱਖ ਦੂਰ ਹੋ ਜਾਵੇ। ਕਾچے ਗੁਰਤੇ ਮੁਕਤ ਨਾ ਹੋਏ ਕੱਚਾ ਗੁਰੂ ਕਿਥੋਂ ਤਨ ਮੁਕਤੀ ਦੇ ਦੇਗਾ। ਗੁਰੂ ਜਿਨ੍ਹਾਂ ਕਾ ਅੰਧ ਲਾ ਸਿੱਖ ਵੀ ਅੰਧਲੇ ਕਰਮ ਕਰਨ। ਜਿਨ੍ਹਾਂ ਦਾ ਗੁਰੂ ਹੀ ਅੰਨਾ ਹੈ ਭਾਪ ਜੀ ਨੂੰ ਗਿਆਨ ਹੀ ਕੋਈ ਨਹੀਂ ਹੈ। ਉਹਨਾਂ ਦੇ ਸਿੱਖ ਵੀ ਜਿਹੜੇ ਹਨ ਉਹ ਵੀ ਅਗਿਆਨਤਾ ਵਾਲੇ ਕੰਮ ਕਰਦੇ ਹਨ ਇਸ ਕਰਕੇ ਸੁਜਾਖਾ ਗੁਰੂ ਲੱਭ ਲਓ ਜਿਹਨੂੰ ਚਾਨਣ ਹੈ ਜਿਹੜਾ ਬਾਹਰ ਵੀ ਚਾਨਣ ਕਰਨ ਦੇ ਯੋਗ ਹੈ ਅਜਿਹਾ ਗੁਰੂ ਲੱਭੋ ਔਰ ਜਿਹਦੀ ਸੇਵਾ ਕਰਨ ਦੇ ਨਾਲ ਜਨਮ ਮਰਨ ਦਾ ਦੁੱਖ ਦੂਰ ਹੋ ਜਾਣਾ ਹੈ ਇਹ ਜਿਹੜੀਆਂ ਦੁਨਿਆਵੀ ਚੀਜ਼ਾਂ ਹਨ ਕਿ ਆ ਮੈਨੂੰ ਮਿਲ ਜਾਇਆ ਮੇਰਾ ਘਰ ਬਣ ਜਾਵੇ ਮੇਰੇ ਬੱਚੇ ਬਾਹਰ ਚਲੇ ਜਾਣਾ ਮੇਰੇ ਬੱਚਿਆਂ ਦਾ ਵੀਜ਼ਾ ਲਾਏ ਮੇਰੇ ਬੱਚੇ ਦੀ ਪੀਆਰ ਲੱਗ ਜਾਵੇ ਮੈਨੂੰ ਆ ਹੋ ਜਾਏ ਮੇਰੀ ਬਿਮਾਰੀ ਦੂਰ ਹੋ ਜਾਏ ਇਹੋ ਜਿਹੀਆਂ ਗੱਲਾਂ ਦੇ ਵਾਸਤੇ ਥੋੜਾ ਜਿਹਾ ਤੁਸੀਂ ਇਹੋ ਜੇ ਕਰਨ ਵਾਲੇ ਤਾਂ ਬਹੁਤ ਦੁਨੀਆ ਦੇ ਗੁਰੂ ਵੇਖੇ ਹਨ ਪਰ ਜਨਮ ਮਰਨ ਦਾ ਦੁੱਖ ਨਹੀਂ ਟੱਡਾ ਕਰ ਸਕਦੇ ਇਹ ਪੂਰਾ ਸਤਿਗੁਰੂ ਜਿਹੜਾ ਹੈ ਇਹ ਜਨਮ ਮਰਨ ਦਾ ਦੁੱਖ ਟਕਣ ਦੇ ਸਮਰਾਥ ਹੈ ਇਸ ਕਰਕੇ ਪੂਰੇ ਗੁਰ ਕਾ ਸੁਣੋ ਵਿਦੇਸ਼ ਪਾਰ ਬ੍ਰਾਹਮਣਿਕ ਘਰ ਵੇਖ ਪੂਰੇ ਗੁਰੂ ਦਾ ਉਪਦੇਸ਼ ਸੁਣ ਜੇ ਪੂਰੇ ਗੁਰੂ ਦਾ ਉਪਦੇਸ਼ ਸੁਣੇਗਾ ਤੇ ਉਹ ਤੇਰੇ ਤੇ ਅਸਰ ਕਰੇਗਾ ਔਰ ਤੇਰੇ ਜੀਵਨ ਵਿੱਚ ਇੱਕ ਤਬਦੀਲੀ ਆਵੇਗੀ ਭਾਵੇਂ ਕਾਇਮ ਲੱਗ ਜਾਵੇ ਕਿੰਨਾ ਕੁ ਕੂੜ ਹੈ ਤੇਰੇ ਅੰਦਰ ਉਹਨੂੰ ਸਾਫ਼ ਵੀ ਤੇ ਕਰਨਾ ਹੈ ਨਾ ਗੁਰੂ ਨੇ ਇਹ ਤੇਰੇ ਅੰਦਰਲੇ ਕੂੜ ਤੇ ਨਿਰਪਰ ਕਰਦਾ ਹੈ ਤੇ ਕਰੇਗਾ ਤਾਂ ਜ਼ਰੂਰ ਪੂਰਾ ਚੰਗੀ ਤਰ੍ਹਾਂ ਹੀ ਸਾਫ਼ ਕਰ ਦੇਗਾ بڑے بڑے ਪਾਪੀਆਂ ਨੂੰ ਸਾਫ਼ ਕਰਤਾ ਉਸਨੇ ਸੈਸਾ ਮੂਲ ਨਾ ਹੋਵੇ ਹਮੇ ਸ਼ਬਦ ਜਲਾਏ ਕੋਈ ਚਿੰਤਾ ਨਹੀਂ ਰਹਿ ਜੇਗੀ ਤੇ ਇਹਨਾਂ ਜੇ ਪੂਰਾ ਗੁਰੂ ਮਿਲ ਗਿਆ ਨਾ ਸਾਰੀਆਂ ਚਿੰਤਾਵਾਂ ਦਾ ਮਾਲਕ ਗੁਰੂ ਆ ਬਣ ਜਾਂਦਾ ਹੈ ਬਾਬਾ ਨਾਨਕ ਸਿੰਘ ਜੀ ਕਲੇਰਾਂ ਵਾਲੇ ਜਿਹੜੇ ਮਹਾਪੁਰਸ਼ ਹਨ ਉਹਨਾਂ ਦੇ ਜੀਵਨ ਚ ਦਾਸ ਨੇ ਗੱਲ ਪੜ੍ਹੀ ਉਹਨਾਂ ਨੇ ਬਚਨ ਬਹੁਤ ਕਮਾਲ ਦਾ ਕਿਹਾ ਹੈ ਕਹਿੰਦੇ ਤੁਸੀਂ ਆਪਣਾ ਆਪਾ ਗੁਰੂ ਨਾਨਕ ਨੂੰ ਸਾਂਭਦੇ ਹੋ ਕਿ ਸੱਚੇ ਪਾਸ਼ਾ ਮੇਰਾ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਜੇ ਤੇ ਫਿਰ ਦੇਖੋ ਗੁਰੂ ਨਾਨਕ ਪਾਸ਼ਾ ਤੁਹਾਡੀ ਹਰ ਚਿੰਤਾ ਦਾ ਉਹਨੂੰ ਫਿਕਰ ਹੋ ਜਾਏਗਾ ਤਾਂ ਕਿ ਸਾਰੇ ਕੰਮ ਉਹਨੇ ਸਵਾਰਨੇ ਸ਼ੁਰੂ ਕਰ ਦੇਣੇ ਹਨ ਪਰ ਮੁਸ਼ਕਲ ਤੇ ਇਹ ਹੈ ਕਿ ਸਮਰਪਣ ਨਹੀਂ ਕਰਦੇ ਹਨ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਣ ਕਰਦਾ ਗੁਰੂ ਨਾਨਕ ਕਿਹ ਕੌਣ ਹਨ ਹੁਣ ਗੁਰੂ ਗ੍ਰੰਥ ਸਾਹਿਬ ਜੀ ਹਨ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਕੀ ਹਨ ਬਾਣੀ ਹੈ ਬਾਣੀ ਨੂੰ ਸਮਰਪਣ ਕਰਦੇ ਹੋ ਆਪਣਾ ਆਪਾ ਕਿ ਮੈਂ ਗੁਰਬਾਣੀ ਆਧਾਰ ਹੈ ਮੇਰੇ ਜੀਵਨ ਦਾ ਆਸਰਾ ਹੈ ਗੁਰਬਾਣੀ ਗੁਰਬਾਣੀ ਲਾਗ ਰਹਾ ਹਾਂ ਮੈਂ ਇਸ ਤੋਂ ਬਿਨਾ ਰਹਿ ਸਕਦਾ ਇਹ ਸਮਰਪਣ ਹੈ ਜੇ ਇਸ ਤਰ੍ਹਾਂ ਦਾ ਸਮਰਪਣ ਹੋ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਕਿੱਥੇ ਹਨ ਗੁਰੂ ਕਿੱਥੇ ਹੈ ਤਾਂ ਕਿ ਕੋੜ ਹੈ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ ਕਿੱਥੇ ਮੈਨੂੰ ਲੈ ਸ਼ਗਾਏ ਫਿਰ ਵੀ ਕਿੱਕੇ ਦਾਮ ਅਦ ਕਰਦਾ ਸਮਰਪਣ ਨਹੀਂ ਕੀਤਾ ਜਾਂਦਾ ਸਤਗੁਰ ਗੱਲ ਵੀ ਮਨ ਦੀ ਕੀਤੀ ਹੈ ਕਿ ਮਨਾ ਤੂੰ ਖੋਜ ਸਰੀਰ ਨੇ ਖੋਜਿਆ ਤਾਂ ਫਿਰ ਗੱਲ ਨਹੀਂ ਬਣਨੀ ਹੈ ਵਾਹਿਗੁਰੂ ਤੇਰੀ ਹੋਂ ਮੇਰਾ ਨਾਸ ਹੋ ਜਾਏਗਾ ਗੁਰੂ ਦੇ ਸ਼ਬਦ ਦੇ ਨਾਲ ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੇ ਮਨ ਆਏ ਤੇਰੇ ਅੰਦਰ ਇਹ ਕੂੜੀ ਦੀ دیوار ਬਣੀ ਹੋਈ ਹੈ ਨਾ ਇਹ ਕਹਿ ਜੇਗੀ ਕੂੜ ਇਕੱਠਾ ਕਰਕੇ ਵੇਖਾ ਹੈ ਜਿਹੜੀ ਚੀਜ਼ ਨਾਸਵੰਤ ਆ ਉਹਦੇ ਨਾਲ ਮੂੰਹ ਪਾ ਕੇ ਬੈਠਾ ਹੋਇਆ ਤੇਰੇ ਅੰਦਰ ਸੱਚ ਸੱਚਾ ਨਾਮ ਵਸ ਜਾਏਗਾ ਗੁਰੂ ਦਾ ਸ਼ਬਦ ਸੱਚ ਹੈ ਸੱਚਾ ਸ਼ਬਦ ਤੇਰੇ ਅੰਦਰ ਵਸ ਜਾਏਗਾ ਅੰਤਰ ਸ਼ਾਂਤ ਮਨ ਸੁਖ ਹੋਏ ਸੱਚ ਸੰਜਮਕਾਰ ਕਮਾਏ ਸ਼ਾਂਤੀ ਆ ਜਾਏਗੀ ਤੇਰੇ ਮਨ ਨੂੰ ਸੁਖੀ ਹੋ ਜਾਏਗਾ ਆਰ ਸੱਚ ਸੰਜਮਕਾਰ ਕਮਾਏ ਸੰਜਮ ਕੀ ਹੈ ਗੁਰੂ ਦੀ ਦੱਸੀ ਹੋਈ ਮਰਿਆਦਾ ਜੋ ਗੁਰੂ ਮਹਾਰਾਜ ਨੇ ਬਾਣੀ ਦੇ ਰਾਹੀਂ ਸਾਨੂੰ ਕਿਹਾ ਹੈ ਜੋ ਸਾਨੂੰ ਮਰਿਆਦਾ ਬਖਸ਼ਿਸ਼ ਕੀਤੀ ਹੈ ਰਹਿਤ ਮਰਿਆਦਾ ਬਖਸ਼ਿਸ਼ ਕੀਤੀ ਹੈ ਰਹਿਣੀ ਜਿਹੜੀ ਜਿਣੀ ਹੈ ਉਹ ਉਹਦੇ ਅਨਸਾਰ ਜੀਵਨ ਜੀਉਣਾ ਸ਼ੁਰੂ ਕਰ ਦੇ ਤੇਰਾ ਮਨ ਸ਼ਾਂਤ ਹੋ ਜਾਏਗਾ ਤੇਰ ਐ ਸਹਜ ਹੋ ਜਾਏਗਾ ਸਾਰੇ ਸੁੱਖ ਤੈਨੂੰ ਮਿਲਣੇ ਸ਼ੁਰੂ ਹੋ ਜਾਣਗੇ ਨਾਨਕ ਪੂਰੇ ਕਰਮ ਸਤਗੁਰੂ ਮਿਲੇ ਹਰ ਜੀਉ ਕਿਰਪਾ ਕਰੇ ਜਾਏ ਪਰ ਪੂਰਾ ਗੁਰੂ ਵੀ ਵਾਹਿਗੁਰੂ ਪਰਮੇਸ਼ਰ ਕਿਰਪਾ ਕਰਦਾ ਹੈ ਨਾ ਜਦੋਂ ਕੋਈ ਚੰਗਾ ਕਰਮ ਪਿਛੇ ਦਾ ਕੀਤਾ ਹੈ ਉਹ ਪ੍ਰਗਟ ਹੁੰਦਾ ਹੈ ਉਹ ਤਾਂ ਪੂਰੇ ਗੁਰੂ ਨਾਲ ਮਲਾਪ ਹੁੰਦਾ ਹੈ ਇੱਕ ਹੈ ਗੁਰੂ ਨਾਲ ਮਲਾਪ ਹੋਣਾ ਇੱਕ ਹੈ ਗੁਰੂ ਦੇ ਬਣ ਜਾਣਾ ਦੋਆਂ ਗੱਲਾਂ 'ਚ ਫਰਕ ਹੈ ਨਾ ਗੁਰੂ ਦੇ ਬਣ ਜਾਣਾ ਮਲਾਪ ਮਲਾਪ ਜਿਵੇਂ ਆਪਣਾ ਇਨਸਾਨਾਂ ਦਾ ਹੁੰਦਾ ਹੈ ਤੇ ਇੱਕ ਹੈ ਆਪਾਂ ਕਿਸੇ ਦੇ ਬਣ ਜਾਣਾ ਆਪਾਂ ਕਹਨੇ ਉਹ ਤੇ ਮੇਰਾ ਆਪਣਾ ਹੀ ਬੰਦਾ ਹੈ ਭਾਵੇਂ ਆਪਣੇ ਰਿਸ਼ਤੇ 'ਚ ਕੋਈ ਨਾ ਹੋਵੇ ਉਹ ਇਹ ਇਹ ਆਪਣੇ ਬਣ ਜਾਣਾ ਹੈ ਇਸੇ ਤਰ੍ਹਾਂ ਹੀ ਗੁਰੂ ਦੀ ਗੱਲ ਹੈ ਜਦੋਂ ਕੋਈ ਕੀਤਾ ਚੰਗਾ ਕਰਮ ਸਾਹਮਣੇ ਆਉਂਦਾ ਹੈ ਨਾ ਉਦੋਂ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ ਆਪਾਂ ਲੱਗੇ ਰਹਾਂਗੇ ਨਾ ਇਸ ਪਾਸੇ ਨਾ ਆਪਣਾ ਕੰਮ ਕੀਆ ਸੰਗਤ ਕਰਨੀ ਬਾਣੀ ਪੜ੍ਹਨੀ ਨਾਮ ਜਪਣਾ ਇਹ ਸੇਵਾ ਕਰਨੀ ਇਹ ਸਾਡਾ ਕੰਮ ਹੈ ਜਿਹੜਾ ਗੁਰੂ ਨੇ ਦੱਸਿਆ ਹੈ ਬਾਕੀ ਕੋਈ ਪਤਾ ਨਹੀਂ ਕਦੋਂ ਸਮਾਉਣਾ ਹੈ ਸਾਕੇ ਜੀਵਨ ਚ ਕਦੋਂ ਤਬਦੀਲੀ ਕਦੋਂ ਹੋਣੀ ਹੈ ਜਿਹੜੀ ਅਵਸਥਾ ਮਹਾਰਾਜ ਨੇ ਜੀਵਨ ਮੁਕਤੀ ਦੱਸੀ ਹੈ ਨਾ ਉਹ ਅਵਸਥਾ ਕਦੋਂ ਬਣਨੀ ਹੈ ਉਹਦੇ ਚ ਪਤਾ ਨਹੀਂ ਇਹ ਤਾਂ ਗੁਰੂ ਨੂੰ ਪਤਾ ਹੈ ਨਾ ਸੋ ਇਸ ਕਰਕੇ ਮਹਾਰਾਜ ਕਹਿੰਦੇ ਕਿ ਗੁਰੂ ਤੈਨੂੰ ਆਪਣਾ ਬਣਾ ਲੇਗਾ ਫਿਰ ਆਪਣਾ ਬਣਾ ਲੇਗਾ ਫਿਰ ਤੇ ਤੈਨੂੰ ਮਨ ਕੋਈ ਫਿਕਰ ਨਹੀਂ ਰਹ ਜੇਗਾ ਪੌੜੀ ਜਿਸ ਕਾ ਵਾਹਿਗੁਰੂ ਜਿਸ ਕਾ ਘਰ ਦੀਵਾਨ ਹਰ ਹੋਵੇ ਤਿਸ ਕੀ ਮੁਖੀ ਵਿੱਚ ਜਗਤ ਸਭ ਆਇਆ ਦੀਵਾਨ ਕੀ ਹੈ ਦਰਬਾਨ ਕਚੈਰੀ ਕਚੈਰੀ ਨੂੰ ਕਹਿੰਦੇ ਨੇ ਇੱਥੇ ਦੀਵਾਨ ਕਚੈਰੀ ਲਾਉਣ ਵਾਲਾ ਬਾਦਸ਼ਾਹ ਜਿਹੜਾ ਕਚੈਰੀ ਲਾਉਂਦਾ ਹੈ ਦਰਬਾਰ ਲਾਉਂਦਾ ਹੈ ਨਾ ਦੀਵਾਨ ਦਰਬਾਰ ਨੂੰ ਕਹਿੰਦੇ ਹਨ ਦੀਵਾਨ ਦਾ ਮਾਲਕ ਵਾਹਿਗੁਰੂ ਪਰਮੇਸ਼ਰ ਜਿਸ ਦੇ ਹਿਰਦੇ ਰੂਪੀ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਪ੍ਰਗਟ ਹੋ ਜਾਂਦਾ ਹੈ ਨਾ ਪਰਗਟ ਹੋਣਾ ਹੈ ਉਸਨੇ ਜਿਵੇਂ ਸੂਰਜ ਹੈ ਨਾ ਰਾਤ ਨੂੰ ਸਾਗੀਆਂ ਅੱਖਾਂ ਤੋਂ ਔਲੇ ਹੁੰਦਾ ਹੈ ਸੂਰਜ ਕਿਤੇ ਜਾਂਦਾ ਤਾਂ ਕਿਤੇ ਨਹੀਂ ਹੈ ਸਵੇਰੇ ਪ੍ਰਗਟ ਹੋ ਜਾਂਦਾ ਹੈ ਦਿਸ ਪੈਂਦਾ ਹੈ ਇਸੇ ਤਰ੍ਹਾਂ ਵਾਹਿਗੁਰੂ ਕਿਤੇ ਜਾਂਦਾ ਨਹੀਂ ਹੈ ਸਾਡੀ ਹਉਮੈ ਕਰਕੇ ਸਾਗੇ ਤੋਂ ਔਲੇ ਹੋਇਆ ਪਿਆ ਹੈ ਹਉਮੈ ਦੀ ਦੀਵਾਰ ਹੈ ਉਹ ਦੀਵਾਰ ਜਿਹੜੀ ਉਹਨੂੰ ਦੇਖਣ ਨਹੀਂ ਦਿੰਦੀ ਸੋ ਉਹਨੇ ਪ੍ਰਗਟ ਹੋ ਜਾਣਾ ਹੈ ਅੰਦਰ ਸੋ ਅੰਦਰ ਜਿਹਦੇ ਅੰਦਰ ਪ੍ਰਗਟ ਹੋ ਗਿਆ ਨਾ ਜਿਸ ਕੇ ਮੋਟੇ ਵਿੱਚ ਜਗਤ ਸਵ ਆਇਆ ਉਸ ਦੀ ਮੁੱਖੀ ਵਿੱਚ ਸਾਰਾ ਜਗਤ ਭਾਵ ਉਸ ਦਾ ਬਣ ਜਾਂਦਾ ਹੈ ਸਾਰਾ vairi virod khatam ਹੋ ਜਾਂਦਾ ਜਦੋਂ ਉਹਦੇ ਅੰਦਰ ਹੀ ਕੋਈ vairi virod ਨਹੀਂ ਰਿਹਾ ਤਾਂ ਉਹਦੇ ਨਾਲ vair ਕਰਕੇ ਕੀ ਕਰੇਗਾ ਜੇ ਕਰੇਗਾ ਤਾਂ ਕੀ ਉਹਦਾ ਕੀ ਵਿਗਾੜ ਲੇਗਾ ਉਹਦਾ ਤਾਂ ਕੁਝ ਨਹੀਂ ਵਿਗਾੜੇਗਾ ਸੋ ਇਸ ਕਰਕੇ ਆਕਾਸ਼ ਵਿੱਚ ਤੀਰ ਮਾਰੋਗੇ ਕੀ ਹੋਏਗਾ ਆਕਾਸ਼ ਨੂੰ ਕੀ ਵਿਗੜ ਜਾਏਗਾ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਜਾਂਦਾ ਹੈ ਉਹਨਾਂ ਦੀ ਅਵਸਥਾ ਆਕਾਸ਼ ਵਰਗੀ ਹੋ ਜਾਂਦੀ ਹੈ। ਸ਼ਤਰੂ ਅਨੇਕ ਚਲਾਵਤ ਕਾਵ ਤੋ ਤਨੇਕ ਨਾ ਲਾਗਨ ਪਾਵੇ ਜਿੰਨੇ ਮਰਜੀ ਸ਼ਤਰੂ ਲਾਉਂਦੇ ਰਹਿਣ ਦਾ ਕੁਛ ਨਹੀਂ ਵਿਗੜਦਾ ਦਾ। ਇਹ ਜਿਹਦੇ ਅੰਦਰ ਵਾਹਿਗੁਰੂ ਪ੍ਰਗਟ ਹੋ ਗਿਆ। ਤਲਕੀ ਕਿਸੇ ਦੀ ਨਹੀਂ ਹਰ ਦੀਵਾਨ ਸਭ ਆਣ ਪੈਰੀ ਪਾਇਆ। ਤਲਕੀ ਕੀ ਹੁੰਦੀ ਹੈ ਮਥਾਜਗੀ ਕਿਸ ਦਾ ਮਥਾਜ ਨਹੀਂ ਰਹਿ ਜਾਂਦਾ ਹੈ ਵਾਹਿਗੁਰੂ ਦਾ ਜਿਹੜਾ ਮਥਾਜ ਬਣ ਗਿਆ ਗੁਰੂ ਦਾ ਮਸਾਜ ਬਣ ਗਿਆ ਉਹਨੂੰ ਹੋਰ ਕਿਸ ਦੀ ਮਥਾਜ ਕੀ ਦੀ ਲੋੜ ਨਹੀਂ ਰਹਿ ਜਾਂਦੀ ਜਾ ਤੂੰ ਮੇਰੇ ਵੱਲ ਹੈਂ ਤਾਂ ਕਿਆ ਮੋਹ ਸੰਦਾ ਤੂੰ ਸਭ ਕੁਝ ਮੈਨੂੰ ਸਾਹਮਣੇ ਆ ਜਾ ਤੇਰਾ ਬੰਦਾ ਬਸ ਉਹਨੂੰ ਵੱਲ ਕਰ ਲੈਣਾ ਹੈ ਆਪਣੇ ਅੰਦਰ ਵਾਹਿਗੁਰੂ ਨੂੰ ਅੰਦਰੋਂ ਪ੍ਰਗਟ ਕਰਨਾ ਹੈ ਵਾਹਿਗੁਰੂ ਮਾਰੇ ਕਹਿੰਦੇ ਕਿ ਫਿਰ ਕੀ ਹੁੰਦਾ ਹਰ دیਵਾਨ ਸਭ ਆਣ ਪੈਰੀ ਸਾਰਿਆਂ ਨੂੰ ਲਿਆ ਕੇ ਪੈਰੀ ਪਾ ਦਿੰਦਾ ਹੈ ਮਾਨਸਾ ਕਿਹੋ دیਵਾਨੋਂ ਕੋਈ ਨਸ ਭਜ ਨਿਕਲਾ ਹੈ ਹਰ دیਵਾਨੋਂ ਕੋਈ ਕਿੱਥੇ ਜਾਇਆ ਇਹ ਦੁਨਿਆਵੀ ਕਚਹਿਰੀਆਂ ਜਿਹੜੀਆਂ ਹਨ ਇਹਨਾਂ ਵਿੱਚੋਂ ਤਾਂ ਕੋਈ ਚਲਾਕੀ ਦਾ ਨਿਕਲ ਜੇਗਾ ਦੇਖੋ ਕਈ ਬਹੁਤ ਕਸੂਰ ਕਰ ਦਿੰਦੇ ਹਨ ਇੱਥੇ ਫਿਰ ਕੀ ਹੁੰਦਾ ਹੈ ਉਹ ਕਾਬੂ ਨਹੀਂ ਆਉਂਦੇ ਪੁਲਿਸ ਦੇ ਬਾਹਰਲੇ ਦਿਸਾਈਂ ਨਿਕਲ ਜਾਂਦੇ ਹਨ ਇੱਥੋਂ ਤਾਂ ਨਿਕਲ ਜੇਗਾ ਪਰ ਜਿਹੜਾ ਰੱਬ ਦਾ ਦਰਬਾਰ ਹੈ ਉੱਥੇ ਨਹੀਂ ਨਿਕਲ ਦੇਣਾ ਕਿਸੇ ਨੇ ਉਹਦੇ ਹੱਥ ਬੜੇ ਪੱਕੇ ਹਨ ਬੜੀ ਪਹੁੰਚ ਦੂਰ ਤੱਕ ਲਿਆਵੇਗਾ ਉੱਥੋਂ ਹੀ ਲਿਆਵੇਗਾ ਖਿੱਚ ਕੇ ਕਿੱਥੇ ਜਾਏਗਾ ਤੂੰ ਹੁਣ ਉਹ ਕਿਤੇ ਨਹੀਂ ਪਛ ਸਕਦਾ ਹੁਣ ਤਾਂ ਸੋ ਐਸਾ ਹਰਦੀਬਾਨ ਵਸਿਆ ਭਗਤਾਂ ਕਾ ਹਿਰਦੈ ਤិន ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਰੱਬ ਨੇ ਭਗਤਾਂ ਦੇ ਹਿਰਦੇ ਵਿੱਚ ਉਹ ਵਾਹਿਗੁਰੂ ਵਸ ਜਾਂਦਾ ਹੈ ਜਿਨ੍ਹਾਂ ਦੇ ਅੰਦਰ ਉਹ ਵਸ ਜਾਂਦਾ ਹੈ ਤੇ ਨੇ ਰਹਿੰਦੇ ਖੁੰਦੇ ਆਣ ਸਾ ਭਗਤਾਂ ਅਗੇ ਖਲਵਾਇਆ ਜਿਹੜੇ ਰਹਿੰਦੇ ਖੁੰਦੇ ਭਾਬ ਜਿਹੜੇ ਨਹੀਂ ਨੇਉਂਦੇ ਹਨ ਆਕੜਦੇ ਹਨ ਉਹਨਾਂ ਨੂੰ ਵੀ ਵਾਹਿਗੁਰੂ ਪਰਮੇਸ਼ਰ ਫਿਰ ਕਰ ਦਿੰਦਾ ਹੈ ਸਿੱਦੇ ਕਿਉਂਕਿ ਸਮਰੱਥ ਹੈ ਨਾ ਜਿੰਨੇ ਸਮਰਪਣ ਹੀ ਸਾਰਾ ਕੁਝ ਆਪਣੇ ਗੁਰੂ ਨੂੰ ਕਰ ਦਿੱਤਾ ਹੈ ਤੇ ਗੁਰੂ ਉਹਦੀ ਬੇਜਤੀ ਕਰਾਏਗਾ ਜਦ ਗੁਰੂ ਉਹ ਉਸ ਦਾ ਕੋਈ ਬੁਰਾ ਕਰਵਾਏਗਾ ਕਿ ਹਨ ਕਰਨ ਦੇਵੇ ਗੁਰੂ ਉਸ ਦਾ ਬੁਰਾ ਕਿਸ ਨੂੰ ਨਾ ਮਾਰੇ ਨੇ ਬਹੁਤ ਸ਼ਬਦ ਬਖਸ਼ਿਸ਼ ਕੀਤੇ ਹਨ ਪਾਵਨ ਬਾਣੀ ਚ ਅਜਿਹੇ ਸੁਚੇਤ ਕਰਨ ਭਗਤਾਂ ਨੂੰ ਸਹਾਰਾ ਦਿੱਤਾ ਇਹਨਾਂ ਸ਼ਬਦਾਂ ਦਾ ਨਿੰਦਕ ਗੁਰ ਕਿਰਪਾ ਤੇ ਹਾਕਿਓ ਪਾਰ ਬ੍ਰਹਮ ਪਰ ਭਏ ਦੇ ਅਲਾ ਛਿਵਕੇ ਬਾਣ ਸਿਰ ਕਟਿਓ ਦੇਖ ਲਓ ਨਿੰਦਿਆ ਕਰਨ ਵਾਲੇ ਦਾ ਸਿਰ ਵਾਹਿਗੁਰੂ ਕੱਟਦਾ ਹੈ ਫੇ ਦੂਤ ਦੁਸ਼ਮਣ ਸਾਹਿਬ ਤੁਜ ਤੇ ਨਿਵਰੇ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦਿਖਾਏ ਤਤਕਾਲ ਤੁਮਾਰਾ ਦੇਖ ਲੋ ਗਰੀਬਾਂ ਉੱਪਰ ਜੇ ਖਿੰਝੇ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ ਗਰੀਬ ਕੌਣ ਹਨ ਭਗਤ ਗਰੀਬ ਹੈ ਭਗਤ ਤਾਂ ਹਮੇਰਾ ਹਮੇਸ਼ਾ ਹੀ ਕਹਿੰਦਾ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵਾਗੇ ਵਗਾ ਹੈ ਗਰੀਬ ਕਹਿਣ ਦੇ ਨਾਲ ਨਹੀਂ ਗਰੀਬ ਬਣਿਆ ਜਾਂਦਾ ਗਰੀਬ ਗਰੀਬੀ ਕੀ ਹੈ ਨਿਮਰਤਾ ਜਿਸ ਦਾ ਗੁਣ ਹੈ ਮਸਕੀਨੀ ਜਿਸ ਦਾ ਗੁਣ ਹੈ ਨਿਮਰਤਾ ਫਿਰ ਗੁਰੂ ਉਹਦੇ ਨਾਲ ਹੈ ਮਹਾਰਾਜ ਕਹਿੰਦੇ ਕਿ ਅਜਿਹੇ ਲੋਕ ਜਿਹੜੇ ਹਨ ਇਹ ਫਿਰ ਵਾਹਿਗੁਰੂ ਫੇ ਵੇਖ ਲੋ ਖੜੇ ਕਰ ਦਿੰਦਾ ਹੈ ਲਿਆ ਕੇ ਚਲੋ ਜਾਓ ਪਰਮੇਸ਼ਰ ਖੇਡ ਹੀ ਐਸੀ ਵਰਤਾਉਂਦਾ ਹੈ ਕਿ ਆਉਣਾ ਹੀ ਪੈਂਦਾ ਹੈ ਉੱਥੇ ਆ ਦੇਖ ਲੋ ਮਹਾਰਾਜ ਦੀ ਗੁਰੂ ਘਰ ਨਾਲ ਕਿੰਨੀ ਵਿਰੋਧਤਾ ਕੀਤੀ ਜਹਾਂਗੀਰ ਨੇ ਮਹਾਰਾਜ ਨੂੰ ਸ਼ਹੀਦ ਕੀਤਾ ਨਾ ਗੁਰੂ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਕਿੰਨੀਆਂ ਚਾਰ ਲੜਾਈਆਂ ਹੋਈਆਂ ਸ਼ਾਹਜਹਾਨ ਨੇ ਕੀਤੀਆਂ ਫਿਰ ਸ਼ਾਹਜਹਾਨ ਦਾ ਪੁੱਤਰ ਬਿਮਾਰ ਹੋ ਗਿਆ ਜਦੋਂ ਦਾਰਸ਼ਕੋ ਬਿਮਾਰ ਹੋਇਆ ਹੈ ਦਵਾਈ ਲੈਣ ਵਾਸਤੇ ਗੁਰੂ ਹਰ Rai ਸਾਹਿਬ ਦੇ ਕੋਲ ਆਏ ਆਗੇ ਨਾ ਇਹ ਹੋ ਜਾਂਦਾ ਹੈ ਪ੍ਰਤੱਖ ਹੋ ਜਾਂਦਾ ਹੈ ਔਰੰਗਜ਼ੇਬ ਨੇ ਗੁਰੂ ਘਰ ਦੇ ਨਾਲ ਪੂਰਾ ਵੈਰ ਕਮਾਇਆ ਔਰ ਦੂਸਰੇ ਪਾਸੇ ਬਹਾਦਰ ਸ਼ਾਹ ਵੇ ਗੁਰੂ ਦੀ ਛਣ ਵਿੱਚ ਆ ਕੇ ਖੜ ਗਿਆ ਮਾਰੇ ਮੈਨੂੰ ਬਚਾਓ ਮੈਨੂੰ ਰਾਜਪਾਲ ਮੈਂ ਵੜਗਾ ਮੈਨੂੰ ਰਾਜਪਾਲ ਦੋ ਇਹ ਹੈ ਵਾਹਿਗੁਰੂ ਪਰਮੇਸ਼ਰ ਦਾ ਤਰੀਕਾ ਹਰ ਨਾਵੇਂ ਕੀ ਵਿਗਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲਾ ਕਿਨੇ ਤੇ ਆਇਆ ਇਹ ਬਖਸ਼ਿਸ਼ ਹੈ ਗੁਰੂ ਜਿਸ ਤੇ ਬਖਸ਼ਿਸ਼ ਕਰਦਾ ਹੈ ਉਹ ਨਾਮ ਦੀ ਵਿਗਿਆਈ ਉਹਨੂੰ ਸਮਝਾਉਂਦੀ ਹੈ ਜਿਹਨੂੰ ਵਿਗਿਆਈ ਨਾਮ ਦੀ ਦਾ ਪਤਾ ਲੱਗੇ ਨਾ ਉਹੀ ਨਾਮ ਜਪਦਾ ਹੈ ਹਰ ਇੱਕ ਨਹੀਂ ਜਪ ਸਕਦਾ ਅਸੀਂ ਪਾਠ ਕਰ ਜਾਂਦੇ ਹਾਂ ਜੈ ਮਾਤ ਪਿਤਾ ਸਤੁਮੇਦਨਾ ਭਾਈ ਮਨੁਖਾ ਨਾਮ ਤੇਰੇ ਸੰਗ ਸਾਈ ਜੈ ਮਾਂ ਪਿਆਨ ਦੁਜ ਜਮਦਾਲਾ ਤਾ ਕੇਵਲ ਨਾਮ ਸੰਗ ਤੇਰੇ ਚਲੇ ਜੈ ਮੁਸ਼ਕਲ ਹੋਵੇ ਅਤ ਪਾਰੀ ਹਰ ਕੋ ਨਾਮ ਖੇਨ ਮਾਹੇ ਉਦਾਰੀ ਅਣਕ ਪਨੇ ਚਰਨ ਕਰਤ ਨਹੀਂ ਤੇਰੇ ਹਰ ਕੋ ਨਾਮ ਕੋਟ ਪਾ ਪਰ ਹੈ ਇੱਕ ਪਤਾ ਲੱਗਾ ਨਾ ਨਾਮ ਦੀ ਇੰਨੀ ਵਗਾਈ ਹੈ ਜਿੱਤੇ ਕੋਈ ਮਦਦਗਾਰ ਨਹੀਂ ਉੱਤੇ ਨਾਮ ਅਜ਼ਗਰਦਾ ਹੈ ਫਿਰ ਜਬ ਤੇ ਕਿਉਂ ਨਹੀਂ ਘਰਮਖ ਨਾਮ ਜਪੋ ਮਨ ਮੇਰੇ ਨਾਨਕ ਪਾਉ ਸੁਖ ਨੇ ਨਾਲ ਹੀ ਮਾਰਾ ਨਿਰਣਾ ਦੇਤਾ ਹੈ ਜਪ ਸੁਖ ਲੈ ਲੇਗਾ ਘਨੇਰੇ ਸੁਖ ਮਿਲਣਗੇ ਤੈਨੂੰ ਇਹ ਗੱਲ ਭਗਤਾਂ ਨੂੰ ਸਮਝ ਆ ਜਾਂਦੀ ਹੈ ਜਿਹੜੇ ਇਸ ਮਾਰਗ ਤੇ ਚੱਲਦੇ ਜਿਨ੍ਹਾਂ ਨੂੰ ਸਮਝ ਆ ਗਈ ਨਾਮ ਦੀ ਵਿਗੈ ਨਾਮ ਨਾਲ ਜੁੜ ਗਏ ਜਿਹੜੇ ਜੁੜ ਗਏ ਉੱਥੇ ਵਾਹਿਗੁਰੂ ਪ੍ਰਗਟ ਹੋ ਗਿਆ ਜਿੱਥੇ ਵਾਹਿਗੁਰੂ ਪ੍ਰਗਟ ਹੋ ਗਿਆ ਮਾਰੇ ਨੇ ਕਿਹਾ ਉਹਨਾਂ ਦੀ ਮੱਖੀ ਵਿੱਚ ਸਾਰਾ ਜਗਤ ਆ ਜਾਂਦਾ ਜੋ ਚਾਣ ਕਰ ਲੈਂਦੇ ਹਨ ਔਰ ਇਹ ਸਾਗੇ ਕੋ ਐਸ ਅਸ ਸਦੀ ਜਿਹੜੀ ਆ ਪਿਛਲੀ ਜਿਹੜਾ ਨੰਕੇ ਗਿਆ ਥੋੜਾ ਸਮਾਂ ਹੋਇਆ ਨਾ 84 ਕੋਈ ਬਹੁਤੀ ਦੂਰਤਾ ਨਹੀਂ ਹੈ ਇੱਕ ਗੁਰੂ ਦੇ ਪਿਆਰੇ ਨੇ ਆਪਣੇ ਅੰਦਰ ਪ੍ਰਗਟ ਕਰ ਲਿਆ ਪ੍ਰਗਟ ਕਰਕੇ ਦੇਖ ਲਓ ਸਾਰੇ ਜਗਤ ਨੂੰ ਮੱਖੀ ਚ ਕਰ ਲਿਆ ਸੀ ਇੱਕ ਵਰੀ ਤਾਂ ਖਾਲਸੇ ਦਾ ਰਾਜ ਸਥਾਪਿਤ ਹੋ ਗਿਆ ਹੈ ਨਾ ਬਾਅਦ ਵਿੱਚ ਗਦਾਰਾਂ ਨੇ ਤੋਖਾ ਦਿੱਤਾ ਨਾ ਬਾਬੇ ਜਰਨੈਲ ਸਿੰਘ ਦੇ ਅੰਦਰ ਵਾਹਿਗੁਰੂ ਪ੍ਰਗਟ ਹੋਇਆ ਸੀ ਤਾ ਉਹਨਾਂ ਨੇ ਨਾ ਵਰਗ ਹਕੂਮਤ ਦੇ ਨਾਲ ਕਕਰ ਲੈਣੀ ਕੈਂਕਾਂ ਦੇ ਤੋਪਾਂ ਦੇ ਨਾਲ ਜਿਨ੍ਹਾਂ ਕੋ ਸਭ ਕੁਝ ਹੀ ਹੈ ਇਹ ਆ ਪਰਕਕ ਹੋਣ ਦੀ ਸਾਰੇ ਕੋ ਪਰਤਖ ਨਿਸ਼ਾਨੀ ਹੈ ਇਸ ਤੋਂ ਅੱਗੇ ਕਿਹੜੀ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਕੋਈ ਗੱਪਾਂ ਮਾਰੀਆਂ ਹੋਏ ਕਿ ਇਹੋ ਜਿਹਾ ਹੁੰਦਾ ਨਹੀਂ ਹੈ ਇਹ ਸਭ ਕੁਝ ਹੁੰਦਾ ਹੈ ਸੋ ਇੱਥੇ ਹੀ ਭਾਈ ਅਨੋਖ ਸਿੰਘ ਜੀ ਸਨ ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਸਨ ਬਬਰ ਖਾਲਸਾ ਦੇ ਸਿੰਘ ਸਨ ਉਹਨਾਂ ਨੂੰ ਪਕੜ ਕੇ ਲਾਇਆ ਇੱਥੇ ਹੀ ਮਾਈ ਦੀ ਸਰਾਹ ਇਨਕੁਇਰੀ ਜਨ ਸੰਕਰ ਹੈ ਦੋਸ਼ ਉਹਨਾਂ ਤੇ ਕੀ ਸੀ ਕਿ ਆ ਐਨ ਆਈ ਐਸ ਦੇ ਵਿੱਚ ਕੰਦ ਕੱਪ ਕੀ ਧਲੇ ਪਾਸਿਆਂ ਦੀ ਇੱਕ ਐਸ ਐਸ ਪੀ ਸੀ ਇਹ ਸੈਰ ਕਰਦਾ ਹੁੰਦਾ ਸਿਰੇ ਸਿਰਾ ਆ ਕੇ ਉਹਨੂੰ ਮਾਰਨ ਵਾਸਤੇ ਗਏ ਸਨ ਲਿਆ ਕੇ ਇਹ ਬਾਅਦ ਵਿੱਚ ਇੱਕ ਥਾਣੇਦਾਰ ਨੇ ਬਾਅਦ ਵਿੱਚ ਗੱਲ ਦੱਸੀ ਇਹ ਇਤਿਹਾਸ ਹੈ ਉਨ੍ਹਾਂ ਦੇ ਇੰਨੇ ਤਸਹੀਹ ਉਹ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸਹੀਹ ਦਿੱਤੇ ਸਨ ਉਹ ਸਾਰੇ ਪਾਏ ਨੋਖ ਸਿੰਘ ਨੂੰ ਦਿੱਤੇ ਤੇ ਜਿੰਨੇ ਤਸਹੀਹ ਦਿੰਦੇ ਸਨ ਉੰਨੀ ਉੱਚੀ ਉਹ ਵਾਹਿਗੁਰੂ ਕਹਿੰਦਾ ਸੀ ਅਖੀਰਲੇ ਸਵਾਸਾਂ ਤੱਕ ਉਹਨੂੰ ਸ਼ਹੀਦੀ ਪਾਉਣ ਤੱਕ ਮੈਰੀ ਸਰਾਂ ਦੇ ਵਿੱਚ ਉਸ ਦੀ ਰਸਨਾ ਤੋਂ ਵਾਹਿਗੁਰੂ ਨਹੀਂ ਵਿਸਰਿਆ ਹੈ ਦੋਵੇਂ ਜੀਵਨ ਦੇ ਪੱਖਾਂ ਦੇਖ ਲਓ ਇੱਕ ਬੰਨੇ ਸੂਰਮਾ ਹੈ ਇੱਕ ਬੰਨੇ ਹਜ਼ਾਰ ਨੂੰ ਜਰਨ ਵਾਲਾ ਹੈ ਫਿਰ ਉਹ ਜਿਵੇਂ ਬੰਦ ਬੰਦ ਕਕਾਉਣ ਵਾਲੀ ਗੱਲ ਸੀ ਉਹ ਭਾਈ ਅਨੋਖ ਸਿੰਘ ਨੇ ਕਰਕੇ ਵਿਖਾ ਦਿੱਤੀ ਦੇਖ ਲੋ ਸਤ ਕਰੇ ਨਹੀਂ ਮਰਦਾ ਹੈ ਇਤਿਹਾਸ ਜਿਹੜਾ ਹੈ ਨਾ ਸੱਚ ਦਾ ਇਤਿਹਾਸ ਹੈ ਸਦਾ ਕਾਇਮ ਰਹਿੰਦਾ ਹੈ ਔਰ ਸਮੇਂ-ਸਮੇਂ ਉਸੇ ਤਰ੍ਹਾਂ ਹੀ ਪ੍ਰਗਟ ਹੁੰਦਾ ਰਹਿੰਦਾ ਹੈ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਗਾ ਕਰੇ ਤੁਮ ਪਿਆਰ ਦਾਸ ਜੀਓ ਬੰਗਾ ਸਾਬ